ਪਤਾ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹੈ। ਜੈਤੋ ਸ਼ਹਿਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਲੈਂਦੇ ਹੋਏ ਜੋ ਕਿ ਠੰਡੇ ਮਿੱਠੇ ਛਲ ਦੀ ਜਬੀਲ ਲਈ ਹੈ। ਔਰ ਨਾਲ ਹੀ ਤੁਹਾਨੂੰ ਮੈਂ ਦੱਸ ਦੇਵਾਂ ਕਿ ਇੱਥੋਂ ਦੇ ਜਿਹੜੇ ਨੌਜਵਾਨ ਹੈ ਇਹਨਾਂ ਨੂੰ ਇੰਨਾ ਦੁੱਖ ਔਰ ਦਰਦ ਹੋਇਆ ਕਿ ਇਸ ਉਹ ਫਤਿਹਵੀਰ ਦੀ ਯਾਦ ਨੂੰ ਸਮਰਪਿਤ ਅੱਜ ਇਹ ਆਪਣੇ ਸ਼ਹਿਰ ਦੇ ਵਿੱਚ ਜੋ ਕਿ ਫਤਿਹਵੀਰ ਨੂੰ ਯਾਦ ਕਰਦੇ ਹੋਏ ਸਮਰਪਿਤ ਇਹ ਜਲਦੀ ਛਵੀ ਲਈ ਆ। ਆਓ ਆਪਾਂ ਇਹਨਾਂ ਨੂੰ ਮਿਲਦੇ ਹਾਂ ਫਤਿਹਵੀਰ ਦਾ ਕਿੰਨਾ ਕੁ ਦੱਸ। ਅਸੀਂ ਜੀ ਜੋ ਸਾਡੇ ਸਰਕਾਰਾਂ ਦੀ ਨਾਕਾਮੀ ਹੈ, ਜੋ ਫਤਿਹਵੀਰ ਬੱਚਾ ਸੀ ਉਹਨੂੰ 6-7 ਦਿਨ ਲਾਤੇ ਪ੍ਰਸ਼ਾਸਨ ਨੇ ਕੱਢਣ ਲਈ, ਉਹਨੂੰ ਹੀ ਸਮਰਪਿਤ ਅਸੀਂ ਉਸ ਪੁੱਲ ਵਰਗੇ ਬੱਚੇ ਨੂੰ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਛਬੀਲ ਲਾਈ ਹੈ ਅਤੇ ਹਰ ਵਾਰ ਹੀ ਲਾਉਂਦੇ ਹਾਂ, ਅੱਗੇ ਤੋਂ ਵੀ ਲਾਉਂਦੇ ਰਹਾਂਗੇ, ਪਰਮਾਤਮਾ ਕਿਰਪਾ ਕਰੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੋਰ ਇਸ ਛਬੀਲ ਬਾਰੇ? ਇਹ ਹੀ ਆ ਜੀ, ਸੱਚੇ ਪਾਤਸ਼ਾਹ ਨੌਜਵਾਨਾਂ ਨੂੰ ਚਾਹੁੰਦੇ ਹਾਂ ਵੀ ਗੁਰਸਿੱਖ ਬਣਨ, ਪੱਗਾਂ ਬੰਨਣ, ਕੇਸਦਾੜੀਆਂ ਰੱਖਣ, ਠੀਕ ਆ, ਨਸ਼ਿਆਂ ਤੋਂ ਰਹਿਤ ਹੋਣ ਅਤੇ ਆਪਣੀ ਜਵਾਨੀ ਬਚਾਉਣ, ਪਾਣੀ ਬਚਾਉਣ, ਧੀਆਂ ਬਚਾਓ, ਕੋਈ ਨਸ਼ਿਆਂ 'ਤੇ ਲਗਾਮ ਕੱਸੀ ਜਾਵੇ, ਰੁਜ਼ਗਾਰ ਦੇ ਮੌਕੇ ਪੈਦਾ ਹੋਣ ਅਤੇ ਇਹੋ ਜਿਹੀ ਕੋਈ ਮਸ਼ੀਨਰੀ ਤਿਆਰ ਕਰਨਾ ਜੋ ਪ੍ਰਸ਼ਾਸਨ ਦੀ ਨਾਕਾਮੀ ਹੈ ਇਹ ਥੋੜ੍ਹਾ ਜਿਹਾ ਖਿੱਚਣ ਇਹਨਾਂ ਨੂੰ ਸਹੀ ਹੋਵੇ ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ਆ ਸੌਖੀ ਹੋ ਸਕੇ। ਬਸ ਅਸੀਂ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਵੀ ਮਤਲਬ ਸਰਕਾਰਾਂ ਨੂੰ ਵੀ ਜੋ ਆਪਣੇ ਸਾਧਨ ਹੈ ਜਾਂ ਕੋਈ ਵੀ ਮਸ਼ੀਨਰੀ ਹੈ ਉਹ ਇਹੋ ਜਿਹੀ ਹੋਣੀ ਚਾਹੀਦੀ ਹੈ ਜਾਂ ਕੋਈ ਕੱਲ੍ਹ ਨੂੰ ਇਹੋ ਜਿਹੀ ਕੋਈ ਦੁਰਘਟਨਾ ਵਾਪਰਦੀ ਹੈ ਜਿਹਦੇ ਨਾਲ ਮਤਲਬ ਕਿ ਵੀ ਕੋਈ ਇਹੋ ਜਿਹੀ ਜਾਨੀ ਕੀਮਤੀ ਜਾਨ ਨਾ ਜਾਵੇ ਬੱਚਿਆਂ ਦੀ ਕਿਸੇ ਦੀ ਜਾਂ ਕੋਈ ਕਿਸੇ ਦੀ ਵੀਰ ਦੀ ਜਾਂ ਕੋਈ ਆਪਾਂ ਜੇ ਕੋਈ ਜਾਨਵਰ ਦੇ ਵੀ ਆਪਾਂ ਨੇ ਵੀ ਜਾਵੇ ਨਾ ਜਾਣ ਕੇ।